ਹੁਣ ਨਮੂਨਾ ਪੜ੍ਹੀਏ ਕਿ ਗਰੀਬਾਂ ਦੀ ਜਾਨ ਤੇ ਬਣੀ ਕੀ ਸੀ, ਕਿਸ ਕਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਮਾਰਿਆ ਜਾਵੇ। ਅੱਜ ਇਹ ਕਿਸੇ ਨੂੰ ਪਤਾ ਮੁਸਲਮਾਨ ਹਕੂਮਤ ਚ ਜਨਾ ਉੱਡਾ ਜੁਰਮ ਨਾ ਰਿਹਾ ਜਿੰਨਾ ਅਲੀ ਤੇ ਲਾਨਤ ਨਾ ਕਰਨਾ ਸੀ, ਔਰ ਮੁਹੰਮਦ ਬਿਨ ਕਾਸਮ ਨੇ ਜੁਰਮ ਕੀਤਾ ਜਿਹੜਾ ਤੁਹਾਡਾ ਗਾਜ਼ੀ ਹੈ ਨਾ ਜਿਹਨੇ ਸਿੰਧ ਫਤਹ ਕੀਤਾ ਤੇ ਇਸਲਾਮ ਫੈਲਾਇਆ, ਉਹਦੀ ਇਹ ਮਿਹਰਬਾਨੀ ਹੈ ਵੀ ਉਹਨੇ 400 ਕੋੜਾ ਮਾਰਿਆ। ਇਸਲਾਮ ਹੈ 400 ਕੋੜਾ, ਜਾਨੀ ਦੀ ਸਜ਼ਾ ਵੀ 100 ਕੋੜਾ, ਔਰ ਕਿਹੜਾ ਜੁਰਮ ਹੈ ਉਹਦੇ ਚਾਚੇ ਨੇ ਲਿਖਿਆ ਹਜਾਜ ਨੇ ਕਿਬਲਾ ਇਹਨੂੰ ਅਤੀਆ ਬਿਨ ਔਫ ਨੂੰ, ਅਗਰ ਇਹ ਅਲੀ ਤੇ ਲਾਨਤ ਕਰਦਾ ਠੀਕ ਹੈ ਵਰਨਾ 400 ਕੋੜਾ ਸਜ਼ਾ ਦੇ ਤੇ ਦਾੜੀ ਮੁੱਛ ਦੀ ਮੰਨਦੇ। ਤੌਬਾ ਤੌਬਾ ਤੌਬਾ, ਅਲੀ ਜੁਰਮ ਹੋ ਗਿਆ, ਅਲੀ ਗਰੀਬ ਦਾ ਨਾਂ ਲੈਣਾ ਗੁਨਾਹ ਬਣ ਗਿਆ। ਤੇ ਲਿਖਦੇ ਵਕਾਲ ਅਬਨ ਸਾਦ, ਇਹ ਸਮਝੋ 7ਵੀਂ ਜਿਲਦ ਤਹਜੀਬ ਤਹਜੀਬ ਦੀ 226 ਹੈ। ਇਦੋਂ ਵੱਡੀਆਂ ਕੋਈ ਕਿਤਾਬਾਂ ਤਾਂ ਮਾਂ ਦਾ ਹਾਲ ਮੈਦਾਨ ਚ ਲਿਆਵੇ ਜਿਹੜੇ ਅਹਿਲ ਸੁਨਤ ਅਹਿਲ ਹਦੀਸੀਆਂ, ਤੇ ਤੁਹਾਨੂੰ ਕੋਈ ਬਿਮਾਰੀ ਹੋਈ ਵੀ ਤੁਸੀਂ ਅਲੀ ਦੇ ਦੁਸ਼ਮਣ ਦੇ ਉਹ ਜ਼ਾਲਮ ਤੇ ਗੁਜ਼ਰ ਗਿਆ, ਤੁਸੀਂ ਉਹਨਾਂ ਦੀ ਔਲਾਦ ਜੇ ਕੋਈ ਉਹ ਨੁਥਾ ਤੁਰਿਆ ਹੁੰਦਾ ਵੀ ਜ਼ਰੂਰ ਉਹ ਕੰਮ ਕਰਨਾ ਜੇ, ਖੁਦਾ ਦਾ ਖੌਫ ਕਰੋ ਜਿਹਦੀ ਅੱਲਾ ਦੇ ਪੈਗੰਬਰ ਨੇ ਐਡੀਆਂ ਸ਼ਾਨਾਂ ਪਾਇਆ ਉਹਨਾਂ ਨੂੰ ਪਹਿਚਾਣੋ। ਤੇ ਇਮਾਮ ਮੁਹੰਮਦ ਬਿਨ ਸਾਦ ਫਰਮਾਉਂਦੇ ਸੀਰਤ ਪਹਿਲੀ ਹਜ਼ੂਰ ਦੀ ਲਿਖੀ ਕਿ ਕਾਤਬ ਅਲ ਹਜਾਜ ਅਲਾ ਮੁਹੰਮਦ ਬਿਨ ਕਾਸਮ, ਕਿ ਹਜਾਜ ਇਬਨ ਯੂਸਫ ਨੇ ਇਸ ਮੁਹੰਮਦ ਬਿਨ ਕਾਸਮ ਨੂੰ ਲਿਖਿਆ ਅਈ ਯਾਰਜ਼ ਅਲਾ ਸੱਬੇ ਅਲੀ, ਕਿ ਅਤੀਆ ਬਿਨ ਔਫ ਜਿਹੜਾ ਹਦੀਸ ਦਾ ਆਲਮ ਇਹਨੂੰ ਬੁਲਾ ਔਰ ਇਹਦੇ ਸਾਹਮਣੇ ਗੱਲ ਰੱਖ ਕਿ ਤੇਰੇ ਸਾਹਮਣੇ ਅਲੀ ਤੇ ਲਾਨਤ ਕਰੇ, ਪਹਿਲਮ ਯਫਲ ਫਜ਼ਰ ਬੋ ਅਰਬਾ ਮਿਆ ਸੌ ਵਾਹ ਲਿਖ ਲਿਖ ਯਦ, ਔਰ ਅਗਰ ਇਹ ਗੱਲ ਨਾ ਮੰਨੇ ਤੇ 400 ਕੋੜਾ ਮਾਰੇ ਨੂੰ ਔਰ ਨਾਲ ਦਾੜੀਆਂ ਮੁੰਨਦੇ। ਇਹ ਇਸ ਤੋਂ ਸੁਣਾ ਰਿਹਾ ਵੀ ਹੁਣ ਵੀ ਤੁਸੀਂ ਬੜਾ ਸੁਣਦੇ ਫਰਾਨੇ ਗਾਟੇ ਲਾਉਂਦੇ ਫਰਾਨੇ, ਆ ਖੁਦਾ ਦਾ ਖੌਫ ਕਰ ਦੋ, ਇਹ ਮੀਡੀਆ ਅਖਬਾਰ ਨਾ ਮੰਨੋ, ਤੁਸੀਂ ਨੇਕਾਂ ਨੂੰ ਮਰਵਾੜਾ ਜਿਹੜਾ ਦੇ ਹੋਏ ਇਹ ਕੰਮ ਕਰਦੇ, ਕੋਈ ਅੱਲਾ ਦਾ ਨੇਕ ਬੰਦਾ ਨਹੀਂ ਲੋਕਾਂ ਦੀਆਂ ਧੌਣਾ ਲਾਉਂਦਾ ਤੇ ਆਪ ਦਾੜੀ ਬਣਾਉਂਦੇ ਸਾਰੀਆਂ ਸੀਡੀਆਂ ਔਰ ਧੋਖਾ ਦੇ ਰਿਹਾ ਉਦਾਂ ਹੀ ਜਿਵੇਂ ਉਹਨਾਂ ਨੇ ਆਖਿਆ ਸੀ ਬੈਰੀ ਤੇ ਲਾਨਤ ਕਰੋ। ਅਲੀ ਲਾਨਤ ਦੇ ਲਾਇਕ ਹੈਗਾ ਸੀ, ਉਹ ਅਲੀ ਨੂੰ ਇਹ ਬਦਨਾਮ ਕਰਤਾ ਸੀ ਹਕੂਮਤਾਂ ਨੇ, ਤੁਸੀਂ ਕਿੱਥੇ ਭੁੱਲੇ ਫਿਰਦੇ ਜੀ ਕਿ ਦੀਨ ਦੇ ਆਦਮਾਂ ਨੂੰ ਇਹ ਬਦਨਾਮ ਨਹੀਂ ਕਰ ਸਕਦੇ। ਸਾਰੀ ਦੁਨੀਆਂ ਇਹਨਾਂ ਨੇ ਖਰੀਦੀ ਆ, ਅਖਬਾਰ ਖਰੀਦੇ ਆ, ਮੀਡੀਆ ਖਰੀਦੇ, ਉਹ ਖੁਤਬਾ ਯਾਦ ਹੈ ਤੁਹਾਨੂੰ ਜਿਹੜਾ ਮੈਡਾ ਜੀ ਇਸਤੇ ਦਿੱਤਾ ਕਿ ਝੂਠੀਆਂ ਖਬਰਾਂ ਪ੍ਰੈਗੰਡਾ ਤੇ ਵੱਧ ਜਾਓ ਕੁਰਾਨ ਦਾ, ਇਹਦੇ ਨਾਲ ਤੇ ਤਖਤੇ ਉੱਡ ਦਿੰਦੇ ਲੋਕ, ਮੁਜਰਮ ਨੂੰ ਨੇਕ ਬਣਾ ਦਿੰਦੇ, ਜ਼ਾਲਮ ਨੂੰ ਨੇਕ ਬਣਾ ਦਿੰਦੇ। ਇਹਦੀ ਦਾੜੀ ਮੁੰਨ ਔਰ 400 ਕੋੜਾ ਮਾਰ, ਫਸਟ ਅਦਾ ਇਹਨੇ ਬੁਲਾ ਲਿਆ ਮੁਹੰਮਦ ਬਿਨ ਕਾਸਮ। ਬਾਬਾ ਹੀ ਸੁਬਾ ਉਹਨੇ ਆਖਿਆ ਭਾਈ ਤੂੰ ਜੋ ਕਰਨਾ ਚਾਹੁੰਦਾ ਔਰ ਕਰ ਲਾ, ਮੈਂ ਸਾਰੀ ਉਮਰ ਦੀਨ ਪੜ੍ਹ ਕੇ ਤੇਰੀ ਨਾਲ ਮੁਹੱਬਤ ਕਰਕੇ ਕੰਮ ਨਹੀਂ ਕਰ ਪਾਈ, ਮੈਂ ਆਪਣੀ ਜ਼ੁਬਾਨ ਚ ਅਲੀ ਨੂੰ ਲਾਨਤ ਕਰਾਂ, ਮੇਰੇ ਵੱਸ ਦੀ ਗੱਲ। ਤੇ ਹੋਇਆ ਕੀ ਫਿਰ ਕੋਈ ਬਾਤ ਆਇਆ ਹੈ ਮੁਹੰਮਦ ਬਿਨ ਕਾਸਮ, ਫਰਾਨ ਦਾ ਹੁਕਮ ਹਜਾਜ ਸੀ, ਇਹਨੇ ਹਜਾਜ ਦਾ ਹੁਕਮ ਉਹਦੇ ਬਾਰੇ ਪੂਰਾ ਕਰ, 400 ਕੋੜਾ ਮਾਰਿਆ, ਦਾੜੀ ਮੁੰਨ ਦਿੱਤੀ, ਸੁਮਾ ਖਰਾ ਦੇਰਾ ਕੋਰਾ ਸਾਨ ਫਲਾਮ ਜਲ ਬਿਆ ਹੱਤਾ ਵਾਲੇ ਉਮਰ ਬਨ ਹੁਬੈਰਾ ਦਲ ਫਿਰਾਕ ਪੱਕਾ ਦਿਨਾ ਫਲਾਮ ਜਲ ਬਿਆ ਐਲਾਨ ਤਫਸਮਨ ਗਿਆਨਾ ਵਕਾਣਾ ਸਿਕਤ ਇਨਸ਼ਾ ਅੱਲਾ। ਉਹ ਬੇਚਾਰਾ ਮੇਰੇ ਮਾਰ ਕੁੱਟ ਖਾ ਕੇ ਇਹਨਾਂ ਦੇ ਇਲਾਕਿਆਂ ਦੀ ਦੂਰ ਖੁਰਾਸਾਨ ਦੀ ਤਰਫ ਨਿਕਲ ਗਿਆ, ਉੱਥੇ ਬਗਾਵਤ ਹੋ ਰਹੀ ਸੀ ਮਨੂ ਮਈਆ ਦੇ ਖਿਲਾਫ, ਉੱਥੇ ਹੀ ਰਿਹਾ ਜਦ ਤੱਕ ਇਰਾਕ ਤੇ ਉਮਰ ਬਿਨ ਹੁਬੈਰਾ ਦਾ ਕਬਜ਼ਾ ਨਹੀਂ ਹੋਇਆ, ਉਹਦੇ ਜ਼ਮਾਨੇ ਚ ਵਾਪਸ ਆਇਆ, ਫਿਰ ਮਰਨ ਤੱਕ ਉੱਥੇ ਹੀ ਕੂਫੇ ਟਿਕਿਆ ਰਿਹਾ। ਇਰਾਕ ਦੇ ਅੰਦਰ 111 ਹਿਜਰੀ ਬਹੁਤ ਵਕਾਣਾ ਸਿੱਖ ਤਨ ਇਨਸ਼ਾ ਅੱਲਾਹ ਵਲ ਵਾਹਦੀ ਸਾ ਲਿਆ, ਆਲਮ ਸਿਕਾਰ ਮੋਤਬਰ ਸੀ ਤੇ ਨੇਕ ਹਦੀਸਾਂ ਵਾਲਾ, ਮਗਰ ਇਸ ਜੁਰਮ ਕਹਿਰੀ ਜਲਾਨ ਚ ਨਹੀਂ ਕਰਦਾ। ਸੁਣਦੇ ਜਾਓ ਕਿ ਤੁਹਾਡੇ ਵੱਡੇ ਕੀ ਕਰਦੇ ਰਹੇ, ਹੁਣ ਤੁਸੀਂ ਸਫਾਈਆਂ ਦਿੰਦੇ ਜੇ ਦੁਨੀਆਂ ਉਹਨਾਂ ਨੂੰ ਬੜਾ ਨਾ ਕਵੇ, ਹੋਰ ਕੀ ਕਵੇ, ਉਹ ਅਲੀ ਨੂੰ ਕਰਦੇ ਰਹੇ ਮੈਂਬਰਾਂ ਤੇ ਰਹਿੰਦਾ, ਉਹ ਹਿਸਾਬ ਪੂਰਾ ਨਹੀਂ ਕਰਨਾ, ਚਾਹੀਦਾ ਸੀ ਵੀ ਉਹ ਵੀ ਸਬਰ ਕਰਦੇ ਭੁੱਲ ਜਾਂਦੇ, ਮੈਂ ਕੀ ਸਬਰ ਕਰੀ ਯਾਰ, ਐਡਾ ਵੱਡਾ ਜੁਰਮ ਕਿ ਰਸੂਲਾ ਦੀ ਮਸਜਿਦ ਮੈਂਬਰ ਦੇ ਸੂਰ ਤੇ ਬੁਲਾ ਕੇ ਆਖਣਾ ਕਲੀ ਤੇ ਲਾਨਤ ਕਰੋ। ਔਰ ਯੇ ਮੈਂ ਹਿਸਟਰੀ ਕਹਿ ਰਹਾ ਹੂੰ ਸਾਬਤ ਕਰਨੇ ਕੇ ਲਿਏ, ਮੁਸਲਮਾਨੋਂ ਨੇ ਆਪਣੀ ਤਾਰੀਖ ਰੱਦੀ ਬਣਾ ਕੇ ਵੇਚੀ, ਕੁਤਬ ਖਾਨੇ ਕੇ ਕੁਤਬ ਖਾਨੇ ਜਲਾ ਦੀਏ ਗਏ, ਦਰਿਆਓਂ ਕਾ ਪਾਣੀ ਮੁਸਲਮਾਨੋਂ ਕੀ ਤਾਰੀਖ ਸੇ ਜ਼ਿਆ ਹੋ ਗਿਆ, ਭੁੱਲ ਗਏ ਮੁਸਲਮਾਨ ਆਪਣੀ ਹਿਸਟਰੀ ਕੋ, ਲਾਲਚ ਮੇਂ ਪੜ ਗਏ, ਔਰ ਆਜ ਜਿਤਨੇ ਜ਼ਾਲਮ ਥੇ ਉਹਨੇ ਹੀਰੋ ਬਣਾ ਦਿਆ। ਫਲਾ ਆਇਆ ਥਾ ਮਹਿਮੂਦ ਗਜ਼ਨਵੀ ਸੋਮਨਾਥ ਕਾ ਬੁੱਧ ਤੋੜਨੇ, ਇਸ ਲਈ ਕਿ ਉਸਮੇ ਸੋਨਾ ਥਾ, ਸੋਨੇ ਕੇ ਲਾਲਚ ਮੇਂ ਆਇਆ ਥਾ, ਜਿਤਨੇ ਜ਼ਾਲਮ ਜਿਨ੍ਹੋਂਨੇ ਸਰ ਕਾਟੇ ਤੁਮਨੇ ਹੀਰੋ ਬਣਾ ਦਿਏ। ਇੱਕ ਔਰਤ ਨੇ ਜ਼ੁਲਮ ਕੀ ਵਜ੍ਹਾ ਸੇ ਚੀਖ ਮਾਰੀ ਮੁਹੰਮਦ ਬਿਨ ਕਾਸਮ ਆ ਗਿਆ, ਸੈਯਦੋਂ ਕਾ ਪੀਛਾ ਕਰਤਾ ਆਇਆ ਥਾ, ਸਬਸੇ ਬੜੇ ਨਬੀ ਕੇ ਮੁਹੱਦਸ ਨੋਫਾ ਬਿਨ ਉਤੈਫ ਕੋ ਇਸਨੇ ਕਤਲ ਕੀਆ,
لیکن اب یہ باتیں کریں تو کس کے آگے کریں؟ مسلمانوں نے تاریخ بچوں کے ذہن میں ایسے نقش کر دی ہے کوئی حقیقت سننے کے لیے تیار ہی نہیں. سارے ظالم بادشاہ انہوں نے اسلام کے ہیرو بنائے جنہوں نے کھوپڑیوں کے بنا رہے. یہی وجہ ہے کہ انگریز عیسائی یہودی تمہارا مولوی نہیں سنتا, تمہاری ہسٹری پڑھتا ہے. اور جب وہ ہسٹری پڑھ لیتا ہے پھر وہ مسلمان ہوتا ہی ہے. وہ کہنا دہشت گرد سر کاٹے ہیں انہوں نے جنہوں نے اپنے ہی نبی کی اولاد قتل کر دی ہو. بس ایک حقیقت پہنچاؤں گا نوجوانوں سے اجازت دو, انہوں نے اپنے کتب خانے دریا میں بہا دیا. عیسائیوں نے وہ تاریخ خرید لی. دنیا میں ایک ملک ہے ہالینڈ, اس کا ایک شہر ہے, سب سے پہلا پریس وہاں لگا اور عیسائیوں نے سب سے پہلے مسلمانوں کی تاریخ کو ریسائکل کیا. انہوں نے مسلمانوں کی تاریخ کو دوبارہ پریس میں چھاپا. دوسرے عیسائیوں نے پوچھا کہ تو مسلمانوں کی تاریخ ہے, ہم کیوں چھاپ رہے ہیں؟ انہوں نے کہا اسے چھاپ کے ہم محفوظ رکھیں گے, ابھی یہ ملک فتح کر رہے ہیں, کل انہیں ضرورت پڑے گی, پھر ہم سونے میں تول کے دیں گے. جب فتح کر چکے کسی نے کوئی خطہ فتح کر لیا, کسی نے کوئی, اب سکون ہو گیا, بیٹھ گئے, اب کہنے لگے لائے جی ہسٹری کہاں. اب پتا چلا وہ تاریخ تو ہم گم کر گئے, وہ تو کتب خانے وہیں کے وہیں رہ گئے. اب پتا چلا کہ وہ تو عیسائیوں کے پاس ہے. اب یہ تاریخ ہے یوں ترازو پہ پلڑے پہ, ادھر سونا رکھا جاتا تھا ادھر تاریخ رکھی جاتی. آج بھی ہمارے مدارس میں جتنی ہسٹری پڑھائی جاتی ہے یہ ساری ہسٹری کی جڑیں جا کے رومن امپائر سے ملتی ہیں. انہوں نے اسلام کی تاریخ کو مرتب کیا, مرتب کر کے انہوں نے مسلمانوں کے حوالے کیا, یہ پکڑو تمہاری تاریخ. اس وقت تم گھوڑے دوڑانے میں مصروف تھے, یہ ہے تمہاری ہسٹری جس کا سب سے زیادہ شکوہ ڈاکٹر اقبال نے کیا. اس لیے آج بھی فرنگی اسے مانتا ہے, اس لیے اقبال نے چہرے پہ داڑھی نہیں رکھی تھی کہیں انگریز مجھ سے بھی نہ بھاگ جائے. سب سے پہلے مسلمانوں کے ظالم بادشاہوں کے چہرے سے نقاب اقبال نے کھینچا, اور مولویوں نے اقبال کو بھی کافر کہہ دیا. اس لیے کہ اس نے مسلمانوں کا حقیقی چہرہ دکھا دیا, انگریز نے اس سے محبت کی, انہوں نے کہا ہاں یہ ٹھیک ہے, اسے خبر ہے کہ کہاں کہاں ظلم تھا. جب یہ ہسٹری آئی تو آج بھی فال آف دا رومن امپائر کے ساتھ دنیا کی بڑی بڑی لائبریریوں میں اسلام کی ہسٹری پڑی ہے. مسلمان اپنی کتابیں مٹا سکتے ہیں, وہاں سے کون جا کے مٹائے؟